ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਟੋਪਿਕ ਹੈ ਜੀ, ਉਹ ਆਪਣਾ 15 ਪੇਜਾਂ ਵਾਲੀ ਦਸਤਾਰ ਦਾ ਟੋਪਿਕ ਹੈ ਜੀ। ਉਮੀਦ ਹੈ ਵੀਰ ਤੁਹਾਨੂੰ ਸਾਰੀ ਵੀਡੀਓ ਵਧੀਆ ਲੱਗੂ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਦੱਸ ਦਿਓ ਕਿੱਦਾਂ ਲੱਗੀ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ। ਜੇਕਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈੱਲ ਆਈਕਨ ਨੂੰ ਦੱਬ ਲਓ ਤਾਂ ਕਿ ਸਾਡੀਆਂ ਨਵੀਆਂ ਵੀਡੀਓ ਤੁਹਾਡੇ ਤਾਂ ਜਲਦੀ ਹੀ ਪਹੁੰਚ ਸਕਣ। ਇਸ ਦਸਤਾਰ ਦੀ ਲੈਂਥ ਜੋ 7.5 ਮੀਟਰ ਹੈ ਜੀ। ਕੱਪੜਾ ਜੋ ਫੁੱਲ ਵੈਲ ਹੈ, ਤੁਸੀਂ ਦੇਖ ਸਕਦੇ ਹੋ ਜੋ ਆਪਾਂ ਪਹਿਲਾ ਲੜ ਹੈ ਉਹ ਪਿੱਛੋਂ ਲਿਆ ਕੇ ਦੂਸਰੀਆਂ ਦਸਤਾਰਾਂ ਦੇ ਵਾਂਗ ਆਪਾਂ ਨੇ ਲੜ ਨੂੰ ਪੂਰੀ ਚੰਗੀ ਤਰ੍ਹਾਂ ਖੋਲ੍ਹ ਲੈਣਾ। ਉਸ ਤੋਂ ਬਾਅਦ ਉਸ ਦੇ ਵਿੱਚੋਂ ਆਪਾਂ ਨੇ ਇੱਕ ਲੜ ਹੋਰ ਕੱਢ ਲੈਣਾ, ਜੋ ਕਿ ਆਪਣੀ ਪੂਣੀ ਦਾ ਉੱਪਰਲਾ ਪੱਲਾ ਹੁੰਦਾ ਹੈ। ਉਸ ਨੂੰ ਆਪਾਂ ਨੇ ਉੱਪਰ ਵੱਲ ਨੂੰ ਲਿਆ ਕੇ ਤੁਸੀਂ ਦੇਖ ਸਕਦੇ ਹੋ, ਇਸ ਤਰ੍ਹਾਂ ਆਪਾਂ ਨੇ ਦੋ ਲੜ ਬਣਾਉਣ ਤੋਂ ਬਾਅਦ ਉੱਪਰੋਂ ਇਸ ਤਰ੍ਹਾਂ ਪਿੰਚ ਕਰਨਾ ਜੀ ਕੱਪੜੇ ਨੂੰ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਦਸਤਾਰ ਬੰਨਣ ਲਈ ਆਪਾਂ ਨੂੰ ਨਾਲ ਦੀ ਨਾਲ ਆਵਾਜ਼ ਚਲਾਉਣਾ ਹੈ, ਜੋ ਬਹੁਤ ਹੀ ਜ਼ਰੂਰੀ ਹੈ। ਨਾਲ ਦੀ ਨਾਲ ਆਵਾਜ਼ ਚਲਾਉਣ ਨਾਲ ਕੀ ਹੈ, ਆਪਣੀ ਦਸਤਾਰ ਦੀ ਸਫਾਈ ਹੈ ਜੋ ਬਹੁਤ ਹੀ ਜ਼ਿਆਦਾ ਆਉਣ ਲੱਗ ਜਾਂਦੀ ਹੈ ਜੀ। ਵੇਚਣੇ ਜੋ ਸਫਾਈ ਵਿੱਚ ਨਜ਼ਰ ਆਉਣ ਲੱਗ ਜਾਂਦੇ, ਤੁਸੀਂ ਦੇਖ ਸਕਦੇ ਹੋ ਜੇਕਰ ਡਿਫਰੈਂਸ ਇਹਦਾ ਥੋੜ੍ਹਾ ਜ਼ਿਆਦਾ ਰਹਿ ਜਾਂਦਾ ਹੈ ਤਾਂ ਉਹਨੂੰ ਆਪਾਂ ਥੱਲੇ ਵੀ ਕਰ ਸਕਦੇ ਹਾਂ। ਇਸ ਤਰ੍ਹਾਂ ਉਂਗਲਾਂ ਦੇ ਅੰਗੂਠੇ ਦੀ ਮਦਦ ਦੇ ਨਾਲ ਥੱਲੇ ਥੱਲੇ ਨੂੰ ਕਰਕੇ ਜੋ ਉਸ ਤੋਂ ਬਾਅਦ ਆਪਾਂ ਬਾਜ ਦੀ ਵਰਤੋਂ ਹੈ ਜੋ ਕਰਾਂਗੇ। ਇਹ ਪਹਿਲਾ ਲੜਾ ਜੋ ਅੱਧੀ ਅੱਖ ਅੱਧੀ ਗੱਲ ਅਤੇ ਅੱਧੇ ਕੰਨ ਉੱਪਰ ਹੈ ਜੋ ਆਪਾਂ ਨੇ ਲਾਉਣਾ ਹੈ ਜੀ। ਤੁਸੀਂ ਦੇਖ ਸਕਦੇ ਹੋ ਲੜ ਲਾਉਣ ਤੋਂ ਬਾਅਦ ਆਪਾਂ ਨੇ ਪਿੱਛੋਂ ਜੋ ਇਸ ਤਰ੍ਹਾਂ ਜੋ ਦੋਨਾਂ ਲੜਾਂ ਨੂੰ ਦੱਬ ਕੇ ਉੱਪਰੋਂ ਪਿੰਚ ਕਰਨ ਤੋਂ ਬਾਅਦ ਸਿਰ ਦੇ ਜੋ ਸੈਂਟਰ ਵਾਲਾ ਪਿੱਚ ਆਪਾਂ ਨੇ ਉੱਪਰ ਪਹਿਲਾਂ ਲਾਇਆ, ਉਹਦੇ ਉੱਪਰੋਂ ਥੋੜ੍ਹਾ ਜਿਹਾ ਸੱਜੇ ਵੱਲ ਨੂੰ ਲਿਆ ਕੇ ਆਪਾਂ ਨੇ ਜੋ ਇਹ ਲੜ ਪੂਰੀ ਚੰਗੀ ਤਰ੍ਹਾਂ ਥੱਲੇ ਵਾਲਾ ਕੱਪੜਾ ਹੁੰਦਾ ਜੋ ਉਹ ਦੋਨੋਂ ਕੱਪੜਿਆਂ ਨੂੰ ਖੋਲ੍ਹ ਕੇ ਦੋਨੇ ਪੱਲਿਆਂ ਨੂੰ ਉਹਦੇ ਵਿੱਚੋਂ ਆਪਾਂ ਨੇ 3 ਲੜ ਇਸ ਤਰੀਕੇ ਦੇ ਨਾਲ ਬਣਾਉਣੇ ਹਨ। ਇਹ 3 ਲੜ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਜੀ। ਇਹ ਇੱਕ ਤਾਂ ਆਪਾਂ ਜਦੋਂ 2 ਲੜ ਬਣਾ ਲੈਂਦੇ ਹਾਂ ਤਾਂ ਆਪਾਂ ਨੇ ਸਾਰਿਆਂ ਨਾਲੋਂ ਪਹਿਲਾਂ ਕੀ ਕਰਨਾ ਹੈ, ਉੱਧਰੋਂ ਆਪਾਂ ਨੇ ਲੜ ਖੋਲ੍ਹਣ ਤੋਂ ਬਣਾਉਣ ਤੋਂ ਬਾਅਦ ਆਪਾਂ ਨੇ ਜਿੱਧਰ ਆਪਾਂ ਹੱਥ ਨਾਲ ਫੜਦੇ ਹਾਂ ਪੂਣੀ ਨੂੰ ਉਸ ਵੱਲ ਉੱਧਰਲੇ ਸਾਈਡ ਆਪਾਂ ਨੇ ਜੋ ਲੜ ਹੈ ਉਹ ਪਹਿਲਾਂ ਬਣਾ ਲੈਣੇ ਹਨ। ਉਹਦੇ ਨਾਲ ਕੀ ਹੁੰਦਾ, ਆਪਣੇ ਪੇਚ ਨੇ ਜੋ ਉਹ ਬਹੁਤ ਚੰਗੀ ਤਰ੍ਹਾਂ ਉੱਪਰੋਂ ਜੋ ਵਧੀਆ ਬਣ ਜਾਂਦਾ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਪਹਿਲਾਂ ਜੋ ਜਿੱਧਰਲੇ ਪਾਸਿਓਂ ਹੱਥ ਨਾਲ ਫੜੇ ਸੀ ਪੇਚਾਂ ਨੂੰ ਉੱਧਰੋਂ ਬਣਾ ਕੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਉਹਨਾਂ ਨੂੰ ਉਂਗਲ ਅਤੇ ਅੰਗੂਠੇ ਦੀ ਮਦਦ ਨਾਲ ਚੁੱਕਣਾ ਲੜਾਂ ਨੂੰ। ਇਹ ਚੁੱਕਣ ਦਾ ਤਰੀਕਾ ਜੋ ਉਹ ਹੌਲੀ ਹੌਲੀ ਆਏਗਾ ਜੀ। ਪਹਿਲਾਂ ਆਪਾਂ ਸਿੰਪਲ 1 ਚੋਂ 2 ਪੇਚਾਂ ਵਾਲੀ ਦਸਤਾਰ ਜ਼ਰੂਰ ਬੰਨਣੀ ਸ਼ੁਰੂ ਕਰਨੀ ਹੈ। ਉਸ ਤੋਂ ਬਾਅਦ ਇਹ ਦਸਤਾਰ ਦਾ ਜੋ ਹੌਲੀ ਪ੍ਰੈਕਟਿਸ ਨਾਲ ਹੈ ਜੋ ਇਹ ਦਸਤਾਰ ਆਊਗੀ, 1 ਚੋਂ 3 ਲੜ ਹੈ ਜੋ ਉਹ ਪ੍ਰੈਕਟਿਸ ਨਾਲ ਬੰਨਣਗੇ ਜੀ। ਬਾਕੀ ਤੁਸੀਂ ਕੋਸ਼ਿਸ਼ ਕਰ ਸਕਦੇ ਹੋ, ਉਮੀਦ ਹੈ ਵੀਡੀਓ ਵਧੀਆ ਲੱਗੂ। ਜੋ ਕੋਸ਼ਿਸ਼ ਆਪਣੀ ਉਹ ਜਾਰੀ ਹੈ, ਆਪਾਂ ਕੋਸ਼ਿਸ਼ ਹੈ ਜੋ ਕੀਤੀ ਹੈ ਦਸਤਾਰ ਸਜਾਉਣ ਦੀ ਕੁਝ ਵੀਰਾਂ ਦੇ ਕਹਿਣ 'ਤੇ। ਅਤੇ ਜੇਕਰ ਕਿਤੋਂ ਸਮਝ ਨਾ ਲੱਗੇ ਤਾਂ ਥੱਲੇ ਆਏ ਨੰਬਰਾਂ 'ਤੇ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ, ਇੰਸਟਾਗ੍ਰਾਮ, ਫੇਸਬੁੱਕ, ਵਟਸਐਪ 'ਤੇ। ਬਾਕੀ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦਿੱਤੇ ਜਾਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੋਰ ਨਵੀਂ ਦਸਤਾਰ ਦਾ ਟਿਊਟੋਰੀਅਲ ਹੈ ਜੋ ਲੈ ਕੇ ਹਾਜ਼ਰ ਹੋਈ ਹੈ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ, ਅਸੀਂ ਜ਼ਰੂਰ ਤੁਹਾਡੇ ਸਵਾਲਾਂ ਦੇ ਜੋ ਤੁਹਾਡੇ ਕਹਿਣ 'ਤੇ ਜੋ ਦਸਤਾਰ ਦੀ ਵੀਡੀਓ ਹੈ ਜੋ ਉਹ ਹੋਰ ਅਪਲੋਡ ਜ਼ਰੂਰ ਕਰਾਂਗੇ ਜਲਦੀ ਹੀ। ਬਾਕੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਪੂਰੀ ਦਸਤਾਰ ਦੀ ਸਫਾਈ ਹੈ ਜੋ ਵਧੀਆ ਪੂਰੇ ਚੰਗੇ ਤਰੀਕੇ ਦੇ ਨਾਲ ਹੌਲੀ ਹੌਲੀ ਇਸ ਦਸਤਾਰ ਨੂੰ ਆਪਾਂ ਨੇ ਸਜਾਉਣਾ। ਟਾਈਮ ਕਰਨੀ ਆਪਾਂ ਨੇ ਨਹੀਂ ਉਹ ਕਰਨਾ, ਇਹ ਟਾਈਮ ਇਹ ਦਸਤਾਰ ਹੈ ਜੋ ਇਹ ਨਚਿੱਤੇ ਹੋ ਕੇ ਬੰਨਣੀ ਪੈਂਦੀ ਹੈ ਵੀਰੇ। ਇਹ ਤਾਂ ਘੱਟੋ ਘੱਟ 15-20 ਮਿੰਟ ਤਾਂ ਆਰਾਮ ਨਾਲ ਲੱਗ ਜਾਂਦੇ ਹਨ 1 ਚੋਂ 2 ਪੇਚਾਂ ਵਾਲੀ 'ਤੇ। ਇਹਦੇ ਵਿੱਚ ਥੋੜ੍ਹੀ ਥੋੜ੍ਹੀ ਵੀਡੀਓ ਹੈ ਜੋ ਉਹ ਤੇਜ਼ ਕੀਤੀ ਗਈ ਹੈ। ਤੇਜ਼ ਕਰਨ ਦਾ ਮਕਸਦ ਹੈ ਜਿੱਥੇ ਜਿੱਥੇ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਦੇਖਣ ਦੀ ਵੀਡੀਓ, ਉੱਥੇ ਉੱਥੇ ਮੈਂ ਆਪ ਹੀ ਜਾਣ ਕੇ ਤੇਜ਼ ਕੀਤੀ ਹੋਈ ਹੈ। ਬਾਕੀ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਆਉਂਦੀਆਂ ਉਹ ਮੈਂ ਪਹਿਲੀਂ ਤੇਜ਼ ਕਰਤੀ ਵੀਡੀਓ 'ਤੇ ਚੱਲਾਂ 'ਤੇ। ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜੀ ਜਿਹੜੀ ਚੀਜ਼ ਤੁਹਾਡੇ ਸਿੱਖਣ ਵਾਲੀ ਹੈ ਵੀਰੇ ਉਹ ਚੀਜ਼ ਜ਼ਰੂਰ ਸਲੋ ਮੋਸ਼ਨ 'ਚ ਕਰੀਏ। ਬਾਕੀ ਜਿੱਥੋਂ ਕਿ ਆਪਾਂ ਪਿੰਚ ਕਰਦੇ ਹਾਂ ਪੇਚਾਂ ਨੂੰ ਉਹ ਚੀਜ਼ ਬਹੁਤ ਹੀ ਸਲੋ ਮੋਸ਼ਨ 'ਚ ਦਿਖਾਈ ਗਈ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਸ ਤਰੀਕੇ ਨਾਲ ਪੂਰਾ ਪਹਿਲਾਂ ਕੱਪੜੇ ਨੂੰ ਖੋਲ੍ਹ ਲੈਣਾ, ਉਸ ਤੋਂ ਬਾਅਦ ਆਪਾਂ ਨੇ ਜਿੱਧਰੋਂ ਕੱਪੜੇ ਨੂੰ ਫੜਦੇ ਹਾਂ ਉੱਧਰਲੇ ਪਾਸੇ ਆਪਾਂ ਨੇ ਪੇਚ ਆ ਜੋ ਪਹਿਲਾਂ ਬਣਾ ਲੈਣੇ ਹਨ। ਕਈ ਵਾਰ ਆਪਾਂ ਤੋਂ ਪੇਚ ਆ ਜੋ ਇੱਕ ਪਾਸੋਂ ਨਹੀਂ ਬਣਦੇ, ਤੁਸੀਂ ਦੇਖ ਸਕਦੇ ਹੋ ਥੋੜ੍ਹੇ ਥੋੜ੍ਹੇ ਡਿਫਰੈਂਸ ਜੀ ਆਪਾਂ 3 ਪੇਚ ਆ ਜੋ ਬਣਾ ਸਕਦੇ ਹਾਂ। ਉੱਪਰ ਨੂੰ ਥੋੜ੍ਹਾ ਜਿਹਾ ਕੱਪੜੇ ਨੂੰ ਖਿੱਚ ਕੇ ਉਸ ਤੋਂ ਬਾਅਦ ਦੂਸਰੇ ਕੱਪੜੇ ਨੂੰ ਉਹਦੇ ਨਾਲ ਪਹਿਲਾਂ ਫਿੱਟ ਕਰ ਦੇਣਾ, ਦੋਨੇ ਪੇਚਾਂ ਨੂੰ ਬਣਾ ਕੇ ਪਹਿਲਾਂ ਆਪਾਂ ਨੇ ਅਲੱਗ ਰੱਖ ਲੈਣਾ। ਉਸ ਤੋਂ ਬਾਅਦ ਤੀਸਰੇ ਲੜ ਦੀ ਸਫਾਈ ਆ ਜੋ ਉਹ ਆਪਾਂ ਕਰਾਂਗੇ ਜੀ। ਤੁਸੀਂ ਦੇਖ ਸਕਦੇ ਹੋ ਆਪਾਂ ਨੇ 2 ਲੜ ਬਣਾਉਣ ਤੋਂ ਬਾਅਦ ਤੀਸਰਾ ਲੜ ਉਹਦੇ ਨਾਲ ਹੀ ਰੱਖ ਲਿਆ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਥੋੜ੍ਹੀ ਸ਼ੇਪ ਦੇ ਵਿੱਚ ਆਪਣੇ 3 ਲੜ ਆ ਜੋ ਪੂਰੇ ਆ ਗਏ। ਉੱਪਰੋਂ ਦੱਬਣਾ ਨਹੀਂ ਭੁੱਲਣਾ, ਜੇਕਰ ਉੱਪਰੋਂ ਨਹੀਂ ਦੱਬਾਂਗੇ ਤਾਂ ਆਪਣੀ ਦਸਤਾਰ ਦੀ ਚੁੰਝ ਹੈ ਜੋ ਉਹ ਨਹੀਂ ਬਣੇਗੀ, ਜੋ ਦਸਤਾਰ ਹੈ ਪਿੱਛੇ ਵੱਲ ਨੂੰ ਚਲੀ ਜਾਏਗੀ, ਗੋਲ ਸ਼ੇਪ ਆ ਜਾਏਗੀ ਇਸਦੀ।
ਤੁਸੀਂ ਦੇਖ ਸਕਦੇ ਹੋ ਬਾਜ ਆਪਾਂ ਨੇ ਨਾਲ ਦੀ ਨਾਲ ਵਰਤੋਂ ਕਰਨੀ ਹੈ। ਇਹਦੇ ਨਾਲ ਆਪਣੇ ਦਸਤਾਰ ਦੇ ਪੇਚ ਹਨ ਉਹ ਗੋਲ ਅਤੇ ਵਧੀਆ ਸਫਾਈ ਨਾਲ ਉੱਪਰ ਉੱਪਰ ਵੱਲ ਨੂੰ ਨੈਲ ਡਿਫਰੈਂਸ ਹੈ ਜੋ ਉਹ ਆਪਾਂ ਨੂੰ ਨਾਲ ਦੀ ਨਾਲ ਸੈੱਟ ਕਰਨਾ ਵਧੀਆ ਸੌਖਾ ਹੋ ਜਾਂਦਾ। ਬਾਕੀ ਤੁਸੀਂ ਦੇਖ ਸਕਦੇ ਹੋ ਜਿੱਥੋਂ ਕੱਪੜਾ ਪਤਲਾ ਰਹਿ ਜਾਂਦਾ ਤਾਂ ਕੱਪੜੇ ਨੂੰ ਖਿੱਚ ਕੇ ਆਪਾਂ ਡਿਫਰੈਂਸ ਹੈ ਜੋ ਸਹੀ ਕਰ ਸਕਦੇ ਹਾਂ। ਤਿੰਨ ਲੜ ਲਾਉਣ ਤੋਂ ਬਾਅਦ ਆਪਾਂ ਨੇ ਪੂਰੇ ਪੇਚਾਂ ਦੀ ਸਫਾਈ ਹੈ ਜੋ ਸਮਾਰ ਕੇ ਕਰ ਦੇਣੀ ਹੈ ਇੱਕ ਪਾਸੇ ਬੱਲਾ ਫੜ ਕੇ। ਬਾਜ ਮਾਰਨ ਤੋਂ ਬਾਅਦ ਕੇ ਨਾ ਆਪਾਂ ਨੇ ਹੱਥ ਉੱਪਰ ਜ਼ਰੂਰ ਮਾਰ ਦੇਣਾ ਉਹਨਾਂ ਨੂੰ 3D ਸ਼ੇਪ ਵਾਂਗੂ ਆਪਾਂ ਨੇ ਇੱਕ ਵਾਰ ਜ਼ਰੂਰ ਦੱਬ ਦੇਣਾ। ਤੁਸੀਂ ਦੇਖ ਸਕਦੇ ਹੋ ਆਪਾਂ ਤਿੰਨ ਲੜ ਲਾਉਣ ਤੋਂ ਬਾਅਦ ਜੋ ਦਸਤਾਰ ਦੇ ਪੇਚਾਂ ਦੀ ਹੈ ਜੋ ਸਫਾਈ ਇੱਕ ਵਾਰ ਜ਼ਰੂਰ ਕਰਾਂਗੇ। ਜੋ ਪੇਚ ਆਪਣੇ ਸੈਂਟਰ ਦੇ ਵਿੱਚ ਕੰਨੀ 'ਚ ਨਹੀਂ ਹੁੰਦੇ ਉਹਨਾਂ ਨੂੰ ਆਪਾਂ ਨੇ ਇੱਕ ਤਰੀਕੇ ਨਾਲ ਇੱਕ ਚੁੰਝ ਵਿੱਚ ਪਾ ਦੇਣੇ। ਜੇਕਰ ਪੇਚ ਜ਼ਿਆਦਾ ਬਾਹਰ ਨਿਕਲ ਜਾਂਦੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਬਲ ਪੈ ਜਾਂਦਾ ਉੱਥੋਂ ਆਪਾਂ ਨੇ ਥੱਲੇ ਥੱਲੇ ਨੂੰ ਖਿੱਚ ਕੇ ਅਤੇ ਜਿੱਥੋਂ ਚੁੰਝ 'ਚੋਂ ਜੇਕਰ ਪੇਚ ਆ ਜੋ ਬਾਹਰ ਨਿਕਲ ਜਾਂਦਾ ਉੱਥੇ ਆਪਾਂ ਪੱਗ ਪੈਨ ਦੀ ਵਰਤੋਂ ਵੀ ਪਹਿਲਾਂ ਕਰ ਸਕਦੇ ਹਾਂ ਜੋ ਪੱਗ ਪੈਨ ਆਪਾਂ ਪਹਿਲਾਂ ਯੂਜ ਕਰ ਸਕਦੇ ਹਾਂ ਜੀ। ਬਾਕੀ ਤੁਸੀਂ ਦੇਖ ਸਕਦੇ ਹੋ ਦਸਤਾਰ ਜੋ ਸਜਾਈ ਗਈ ਹੈ ਇਸ ਤਰ੍ਹਾਂ ਤੁਸੀਂ ਵੀ ਦਸਤਾਰ ਹੈ ਜੋ ਸਜਾ ਸਕਦੇ ਹੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ, ਲਾਈਕ ਕਰ ਦਿਆ ਕਰੋ, ਕਮੈਂਟ ਕਰਕੇ ਦੱਸ ਦਿਆ ਕਰੋ ਕਿ ਕਿੱਦਾਂ ਲੱਗੀ। ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਆਪਣੇ ਦੂਜੇ ਵੀਰ ਵੀ ਜੋ ਦਸਤਾਰ ਨਹੀਂ ਸਜਾਉਂਦੇ ਉਹ ਦਸਤਾਰ ਹੈ ਜੋ ਸਜਾ ਸਕਣ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇਕਰ ਪਹਿਲੀ ਵਾਰੀ ਆਏ ਹੋ। ਜੇਕਰ ਤੁਸੀਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਰੱਖਿਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਇੰਨਾ ਟਾਈਮ ਕੱਢ ਕੇ ਵੀਡੀਓ ਹੈ ਜੋ ਦੇਖਦੇ ਹੋ। ਉਸ ਤੋਂ ਬਾਅਦ ਆਪਣਾ ਚੌਥਾ ਲੜ ਹੈ ਜੋ ਉਸਨੂੰ ਆਪਣੇ ਪੂਰੀ ਚੰਗੇ ਤਰੀਕੇ ਦੇ ਨਾਲ ਖੋਲ੍ਹ ਲੈਣਾ। ਚੌਥਾ ਲੜ ਹੁੰਦਾ ਜੋ ਉਹ ਦਸਤਾਰ ਦੀ ਪੂਰੀ ਸ਼ੇਪ ਨੂੰ ਜੋ ਰੂਪ ਦੇ ਦਿੰਦਾ। ਤੁਸੀਂ ਦੇਖ ਸਕਦੇ ਹੋ ਆਪਣੇ ਇੱਧਰਲੇ ਪਾਸੇ ਜੋ ਪਹਿਲਾਂ ਤਿੰਨ ਲੜ ਬਣਾ ਕੇ ਉਸ ਤੋਂ ਬਾਅਦ ਆਪਾਂ ਅੱਗੇ ਫੌਂਟ 'ਤੇ ਜਿੱਥੇ ਕਿ ਆਪਣੀ ਦਸਤਾਰ ਦੀ ਚੁੰਝ ਆਉਂਦੀ ਆ ਉੱਥੇ ਆਪਾਂ ਤਿੰਨ ਲੜ ਬਣਾਵਾਂਗੇ। ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਨੇ ਦੋ ਲੜ ਬਣਾਉਣ ਤੋਂ ਬਾਅਦ ਤੀਸਰਾ ਲੜ ਉਹਦੇ ਨਾਲ ਮਿਲਾ ਤਾ ਜੋ ਵਿੱਚ ਵਾਲਾ ਕੱਪੜਾ ਉਸਨੂੰ ਥੱਲੇ ਵੱਲ ਨੂੰ ਪਾ ਦਿੱਤਾ ਗਿਆ। ਉੱਪਰੋਂ ਜ਼ਰੂਰ ਦੱਬਣਾ। ਸਾਰੀ ਦਸਤਾਰ ਆਪਾਂ ਇਸੇ ਤਰੀਕੇ ਦੇ ਨਾਲ ਹੀ ਸਜਾਈ ਗਈ ਹੈ ਜੀ। ਤੁਸੀਂ ਦੇਖ ਸਕਦੇ ਹੋ ਤਿੰਨ ਲੜ ਆਪਾਂ ਨੇ ਇਸ ਤਰੀਕੇ ਦੇ ਨਾਲ ਬਣਾ ਲਏ ਆ ਅਤੇ ਥੱਲੋਂ ਚੁੰਝ ਤੋਂ ਜ਼ਰੂਰ ਦੱਬਣਾ। ਜੇਕਰ ਤੁਸੀਂ ਦੇਖ ਸਕਦੇ ਹੋ ਉੱਥੋਂ ਥੋੜ੍ਹੇ ਥੋੜ੍ਹੇ ਜੋ ਪੇਚ ਆ ਜੋ ਚੁੰਝ ਧਨੀ ਹੋ ਉਹ ਨੀਚੇ ਵੱਲ ਨੂੰ ਆ ਗਏ ਨੇ ਉੱਥੇ ਆਪਾਂ ਪੱਗ ਪਿੰਨ ਦੀ ਵਰਤੋਂ ਹੈ ਜੋ ਜ਼ਰੂਰ ਕਰ ਸਕਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਹੁਣ ਥੱਲੇ ਵਾਲਾ ਪੇਜ ਆਪਣਾ ਜੋ ਜ਼ਿਆਦਾ ਪਤਲਾ ਰਹਿ ਗਿਆ ਇਹਨੂੰ ਆਪਾਂ ਥੱਲੋਂ ਇਸ ਤਰ੍ਹਾਂ ਖਿੱਚ ਕੇ ਜੋ ਉਸੇ ਤਰੀਕੇ ਦੇ ਨਾਲ ਉਹਦਾ ਮੋਟਾ ਕਰ ਦੇਵਾਂਗੇ ਇਹਨਾਂ ਨੂੰ ਤਾਂ ਇਹ ਉਸੇ ਤਰੀਕੇ ਦੇ ਨਾਲ ਉਸੇ ਤਰ੍ਹਾਂ ਸਫਾਈ ਵਿੱਚ ਆ ਜਾਣਗੇ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਕੱਪੜੇ ਨੂੰ ਖਿੱਚ ਕੇ ਉਸ ਤੋਂ ਬਾਅਦ ਫਿਰ ਆਪਾਂ ਬਾਜ ਨਾਲ ਸਫਾਈ ਹੈ ਜੋ ਉਸ ਦੀ ਕਰ ਦੇਣੀ ਹੈ। ਕੱਪੜੇ ਦੀ ਬਾਜ ਦੀ ਜੋ ਵਰਤੋਂ ਹੈ ਉਹ ਆਪਾਂ ਬਾਹਰ ਨੂੰ ਕੱਢ ਕੇ ਕਰਨੀ ਹੈ ਜੀ। ਬਾਜ ਪੋਲਾ ਮਾਰਨਾ ਅਤੇ ਜੇਕਰ ਬਾਜ ਦੱਬ ਕੇ ਮਾਰਾਂਗੇ ਤਾਂ ਆਪਣੀ ਦਸਤਾਰ ਹੈ ਜੋ ਉਹਦੇ ਵਿੱਚ ਟੋਆ ਵੀ ਪੈ ਸਕਦਾ ਜੋ ਬੱਟ ਨੇ ਬਲ ਨੇ ਆਪਣੇ ਉਹਨਾਂ 'ਚ ਟੋਆ ਪੈ ਸਕਦਾ ਅਤੇ ਆਪਣੀ ਦਸਤਾਰ ਦੀ ਸ਼ੇਪ ਹੈ ਜੋ ਵਧੀਆ ਨਹੀਂ ਆਏਗੀ ਜੋ ਪੇਚ ਆ ਉਹ ਦੇਖਣ 'ਚ ਸੋਹਣੇ ਨਹੀਂ ਲੱਗਣਗੇ। ਤੁਸੀਂ ਦੇਖ ਸਕਦੇ ਹੋ ਬਾਜ ਮਾਰਨ ਦਾ ਤਰੀਕਾ ਜੋ ਆਪਣਾ ਉਹ ਆਪਾਂ ਬਾਹਰ ਨੂੰ ਕੱਢ ਕੇ ਮਾਰਨਾ ਬਾਜ ਨੂੰ। ਬਾਕੀ ਪੰਜਵਾਂ ਲੜ ਹੈ ਜੋ ਆਪਣੇ ਪੂਰਾ ਚੰਗੀ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਿੱਛੋਂ ਵੀ ਆਪਾਂ ਸੈੱਟ ਕਰ ਦੇਣਾ। ਇਸ ਵੀਡੀਓ ਦੇ ਵਿੱਚ ਆਪਾਂ ਨੇ ਜੋ ਬੈਕ ਸਾਈਡ ਵੀ ਟਿਊਟੋਰੀਅਲ ਵੀ ਨਾਲ ਹੀ ਆਪਾਂ ਨੇ ਦਸਤਾਰ ਦੇ ਪਿੱਛੇ ਵਾਲੇ ਪੇਚ ਨੇ ਜੋ ਉਹ ਵੀ ਨਾਲ ਸਜਾ ਕੇ ਦਿਖਾਏ ਗਏ ਨੇ। ਤੁਹਾਨੂੰ ਪਿੱਛੋਂ ਵੀ ਸਾਰੀ ਦਸਤਾਰ ਹੈ ਜੋ ਦਿਖਾਈ ਜਾਊਗੀ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ, ਸਾਈਡਾਂ ਦੋ ਪੇਚ ਨੇ ਜਿਹੜੇ ਉਹ ਵੀ ਦਿਖਾਏ ਜਾਣਗੇ ਕਿੱਦਾਂ ਆਪਾਂ ਪਿੱਛੋਂ ਪੇਚ ਆ ਜੋ ਕਈ ਵਾਰ ਥੱਲੇ ਆ ਜਾਂਦੇ ਉਹਨਾਂ ਨੂੰ ਕਿੱਦਾਂ ਸੈੱਟ ਕਰਨੇ ਆ। ਪੰਜਵੇਂ ਪੇਚ ਦੇ ਨਾਲ ਵੀ ਆਪਾਂ ਉਸੇ ਤਰੀਕੇ ਦੇ ਨਾਲ ਹੀ ਜੋ ਕੱਪੜਾ ਇਸ ਦੇ ਵਿੱਚੋਂ ਵੀ ਉਸੇ ਤਰੀਕੇ ਦੇ ਨਾਲ ਹੀ ਤਿੰਨ ਲੜ ਹੈ ਜੋ ਬਣਾਵਾਂਗੇ। ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੋ ਆਪਾਂ ਪੇਚ ਬਣਾਉਣੇ ਆ ਉਹ ਆਪਾਂ ਨੇ ਪਹਿਲਾਂ ਦੂਸਰੀ ਸਾਈਡ ਤੋਂ ਜਿੱਧਰੋਂ ਕਿ ਆਪਾਂ ਪੂਣੀ ਹੈ ਜੋ ਫੜਦੇ ਹਾਂ ਉੱਧਰੋਂ ਆਪਾਂ ਨੇ ਪਹਿਲਾਂ ਬਣਾ ਲੈਣੇ ਹਨ ਪੇਚਾਂ ਨੂੰ। ਪਹਿਲਾਂ ਤਿੰਨ ਪੇਚ ਉੱਧਰੋਂ ਕੱਢ ਕੇ ਉਸ ਤੋਂ ਬਾਅਦ ਆਪਾਂ ਨੇ ਇੱਧਰਲੇ ਪਾਸਿਓਂ ਤਿੰਨ ਪੇਚ ਆ ਜੋ ਕੱਢਣੇ ਹਨ। ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸਿਓਂ ਆਪੀ ਪੇਚ ਆ ਜੋ ਬਣਦੇ ਜਾਣਗੇ ਜੇਕਰ ਆਪਾਂ ਇੱਧਰੋਂ ਪੇਚ ਆ ਜੋ ਪਹਿਲਾਂ ਕਰਾਂਗੇ। ਬਾਕੀ ਤੁਸੀਂ ਹੋਰ ਤਰੀਕੇ ਦੇ ਨਾਲ ਵੀ ਦਸਤਾਰ ਹੈ ਜੋ ਸਜਾ ਸਕਦੇ ਹੋ। ਇਹ ਤਰੀਕਾ ਜੋ ਉਹ ਬਹੁਤ ਹੀ ਸਿੰਪਲ ਹੈ ਅਤੇ ਅਗਲੀ ਵਾਰੀ ਆਪਾਂ ਨਵੇਂ ਮੈਥਡ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਇਸੇ ਦਸਤਾਰ ਦੇ ਵਿੱਚ। ਪੇਚ ਆ ਜੋ ਤੁਹਾਨੂੰ ਵੱਧ ਵੀ ਮਿਲ ਸਕਦੇ ਨੇ। ਬਾਕੀ ਇਹ ਟਿਊਟੋਰੀਅਲ ਹੈ ਜੋ ਕੁਝ ਵੀਰ ਦੇ ਇੱਕ ਵੀਰ ਦੇ ਕਹਿਣ 'ਤੇ ਹੈ ਜੋ ਵਾਰੀ ਵਾਰੀ ਕਮੈਂਟ ਆਪਾਂ ਨੂੰ ਕੀਤੇ ਗਏ ਨੇ ਉਹਦਾ ਆਪਾਂ ਨੇ ਜ਼ਰੂਰ ਡਿਮਾਂਡ ਹੈ ਜੋ ਪੂਰੀ ਕੀਤੀ ਹੈ ਜੀ। ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਜੋ ਦਸਤਾਰ ਹੈ ਉਹ ਬਹੁਤ ਹੀ ਸਿੰਪਲ ਅਤੇ ਟਾਈਮ ਹੈ ਜੋ ਟਾਈਮ ਜ਼ਰੂਰ ਜ਼ਿਆਦਾ ਲੱਗਿਆ ਜੀ। ਟਾਈਮ ਇਹਦੇ ਵੀਡੀਓ ਹੈ ਜੋ ਅੱਧੇ ਘੰਟੇ ਦੀ ਬਣ ਗਈ ਸੀ ਤਾਂ ਇਸਦੇ ਵਿੱਚ ਜੋ ਟੋਪਿਕ ਤੁਹਾਨੂੰ ਜ਼ਿਆਦਾ ਹੌਲੀ ਦਿਖਾਉਣ ਵਾਲੇ ਨਹੀਂ ਹੈਗੇ ਸੀ ਉਹ ਤੇਜ਼ ਕੀਤੇ ਗਏ ਆ ਜੀ। ਬਾਕੀ ਵੀਡੀਓ ਹੈ ਜੋ ਸਾਰੀ ਸਲੋ ਮੋਸ਼ਨ 'ਚ ਹੈ। ਤੁਸੀਂ ਦੇਖ ਸਕਦੇ ਹੋ ਬਾਜ ਆਪਾਂ ਨੇ ਬਾਹਰ ਨੂੰ ਕੱਢ ਕੇ ਮਾਰਨਾ ਹੈ
ਉੱਪਰੋਂ ਦਸਤਾਰ ਨੂੰ ਦੱਬਣਾ ਨਹੀਂ ਭੁੱਲਣਾ। ਕਈ ਵਾਰੀ ਜੋ ਪੇਚ ਆਪਣੇ ਥੱਲੇ ਵੱਲ ਨੂੰ ਆ ਜਾਂਦੇ ਆ, ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ, ਆਪਣੇ ਉੱਪਰੋਂ ਵੀ ਸ਼ੇਪ ਦਾ ਨਾਲ ਦੀ ਨਾਲ ਖਿਆਲ ਰੱਖਣਾ, ਜੋ ਪਿੱਛੇ ਵਾਲੇ ਪੇਚ ਨੇ ਉਹਨਾਂ ਨੂੰ ਵੀ ਦੱਬਦੇ ਜਾਣਾ ਨਾਲ ਦੀ ਨਾਲ। ਇਸ ਤਰ੍ਹਾਂ ਆਪਾਂ ਜੋ ਪੰਜ ਪੇਚ ਲਾਉਣ ਤੋਂ ਬਾਅਦ ਇੱਕ ਵਾਰ ਫਿਰ ਦਸਤਾਰ ਦੇ ਪੇਚਾਂ ਦੀ ਸਫਾਈ ਆ ਜੋ ਪੂਰੀ ਚੰਗੇ ਤਰੀਕੇ ਦੇ ਨਾਲ ਸਾਰਿਆਂ ਦੀ ਦੂਰੀ ਵਰਕ ਕਰ ਦੇਣੀ ਆ। ਸਫਾਈ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਣੀ ਦਸਤਾਰ ਦੇ ਵਿੱਚ ਜੋ ਪੇਜ ਆਪਣਾ ਥੱਲੇ ਉੱਤੇ ਹੋ ਜਾਂਦਾ, ਉੱਥੇ ਤੁਸੀਂ ਪੱਗ ਪਿੰਨ ਨਾਲ ਦੀ ਨਾਲ ਯੂਜ ਕਰ ਸਕਦੇ ਹੋ, ਬਾਕੀ ਤੁਹਾਡੀ ਇੱਛਾ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕੋਈ ਵੀ ਲਾੜਾ ਜੋ ਆਪਣਾ ਥੱਲੇ ਉੱਤੇ ਹੁੰਦਾ, ਕਈ ਵਾਰੀ ਉਹਨੂੰ ਆਪਾਂ ਨਾਲ ਦੀ ਨਾਲ ਜੋ ਯੂਜ ਬਾਜ ਦੀ ਵਰਤੋਂ ਦੇ ਨਾਲ ਸੈੱਟ ਕਰ ਸਕਦੇ ਹਾਂ ਜੀ। ਪੇਚਾਂ ਦਾ ਡਿਫਰੈਂਸ ਹੈ ਜੋ ਉਹ ਇੱਕੋ ਜਿਹਾ ਕਰ ਦੇਣਾ, ਕਈ ਵਾਰੀ ਛੋਟਾ ਵੱਡਾ ਰਹਿ ਜਾਂਦਾ ਪੇਚ, ਤਾਂ ਆਪਾਂ ਬਾਜ ਦੀ ਸਹਾਇਤਾ ਦੇ ਨਾਲ ਉਹਨੂੰ ਪੂਰਾ ਉਹ ਕਰ ਸਕਦੇ ਹਾਂ ਜੀ। ਇਸ ਤਰ੍ਹਾਂ ਦਸਤਾਰ ਦੀ ਸ਼ੇਪ ਲਿਆਉਣ ਲਈ ਜੋ ਥੱਲੇ ਬੇਸ ਬੰਨਿਆ ਗਿਆ ਆਪਾਂ ਦਸਤਾਰ ਨੂੰ ਫੈਲਾਉਣ ਵਾਸਤੇ, ਸਾਈਡ ਤੋਂ ਇੱਕ ਪਾਸਿਓਂ ਜ਼ਿਆਦਾ ਫੈਲਾਉਣ ਵਾਸਤੇ, ਤਾਂ ਇਹ ਬੇਸ ਦੀ ਵੀਡੀਓ ਹੈ ਜੋ ਤੁਸੀਂ ਪਹਿਲਾਂ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਜੀ, ਇਹ ਵੀਡੀਓ ਅਪਲੋਡ ਹੈ। ਉਸ ਤੋਂ ਬਾਅਦ ਆਪਾਂ ਨੇ ਦਸਤਾਰ ਦਾ ਛੇਵਾਂ ਲੜ ਜੋ ਲਾਸਟ ਵਾਲਾ ਲੜ ਹੈ ਜੋ ਆਪਣਾ ਲਾਉਣਾ ਹੈ ਜੀ, ਇਹਦੇ ਵਿੱਚ ਵਾਲਾ ਕੱਪੜਾ ਜੋ ਉਹ ਆਪਾਂ ਨੇ ਉੱਪਰ ਵੱਲ ਨੂੰ ਚੜ੍ਹਾ ਕੇ ਇਹ ਲੜਾ ਜੋ ਆਪਣਾ ਸਿੰਗਲ ਲੱਗਿਆ, ਕਿਉਂਕਿ ਇਹਦੇ ਵਿੱਚੋਂ ਆਪਣੇ ਤਿੰਨ ਲੜਾ ਜੋ ਨਹੀਂ ਬਣਦੇ, ਜੇਕਰ ਦੋ ਲੜ ਬਣਾਵਾਂਗੇ ਤਾਂ ਉਹਨਾਂ ਦਾ ਜੋ ਕੰਬੀਨੇਸ਼ਨ ਆ ਉਹ ਵਧੀਆ ਨਹੀਂ ਬਣੇਗਾ। ਬਾਕੀ ਤੁਸੀਂ ਦੇਖ ਸਕਦੇ ਹੋ ਆਪਣਾ ਸਿੰਗਲ ਲੜਾ ਇਹ ਜੇ ਉਹ ਜ਼ਿਆਦਾ ਬੈਟਰ ਰਹੇਗਾ ਤਿੰਨ ਲੜਾਂ ਨਾਲੋਂ। ਇਸ ਤਰ੍ਹਾਂ ਆਪਾਂ ਜੋ ਲਾਸਟ ਵਾਲਾ ਲੜਾ ਹੈ ਜੋ ਕਹਿਰਾ ਲੜ ਇਕੱਲਾ ਲੜ ਲੜਾ ਹੈ ਜੋ ਲਾਉਣਾ ਹੈ ਜੀ, ਉੱਪਰੋਂ ਦੱਬਣਾ ਨਹੀਂ ਭੁੱਲਣਾ। ਇਹ ਲੜਾ ਆਪਾਂ ਨੇ ਸੰਵਾਰ ਕੇ ਬਾਜ ਦੀ ਵਰਤੋਂ ਦੇ ਨਾਲ ਪੂਰਾ ਚੰਗੇ ਤਰੀਕੇ ਦੇ ਨਾਲ ਲਾਉਣਾ, ਕਿਉਂਕਿ ਇਹ ਲਾਸਟ ਵਾਲਾ ਲੜਾ ਜੋ ਇਹ ਦਸਤਾਰ ਦੀ ਸ਼ੇਪ ਆ ਜੋ ਵਧੀਆ ਬਣਾਉਂਦਾ ਹੈ ਜੀ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੇ ਪਿੱਛੇ ਵਾਲੀ ਸਾਈਡ ਤੋਂ ਵੀ ਵਧੀਆ ਇਹਨੂੰ ਦੱਬਦੇ ਜਾਣਾ ਨਾਲ ਦੀ ਨਾਲ, ਬਾਕੀ ਤੁਹਾਡੀ ਇੱਛਾ। ਜੇਕਰ ਨਾ ਦੱਬੋਗੇ ਤਾਂ ਸ਼ੇਪ ਜੋ ਵਧੀਆ ਨਹੀਂ ਆਵੇਗੀ। ਬਾਕੀ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਆ ਕਰੋ ਜੀ, ਕਮੈਂਟ ਕਰਕੇ ਦੱਸ ਦਿਆ ਕਰੋ ਕਿ ਕਿੱਦਾਂ ਲੱਗੀ ਵੀਡੀਓ ਨੂੰ। ਡਿਸਲਾਈਕ ਨਾ ਕਰਿਆ ਕਰੋ, ਤਾਂ ਕਿ ਜੋ ਡਿਸਲਾਈਕ ਕਰਨ ਦਾ ਕੋਈ ਤੁਹਾਨੂੰ ਇੰਨਾ ਬੈਨੀਫਿਟ ਨਹੀਂ ਹੈਗਾ। ਉਹਦੇ ਬਦਲੇ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਜੋ ਖੂਬੀ ਹੈ ਦਸਤਾਰ ਦੇ ਵਿੱਚ, ਜੋ ਗਲਤੀ ਅਸੀਂ ਕੀਤੀ ਆ ਉਹਨੂੰ ਅੱਗੇ ਤੋਂ ਸੁਧਾਰ ਸਕੀਏ, ਤਾਂ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਲਿਖ ਕੇ ਦੱਸ ਦਿਆ ਕਰੋ ਕੋਈ ਵੀ ਗਲਤੀ ਹੋਵੇ ਤਾਂ ਅੱਗੇ ਤੋਂ ਜ਼ਰੂਰ ਸੁਧਾਰ ਸਕੀਏ। ਡਿਸਲਾਈਕ ਨਾ ਕਰਿਆ ਕਰੋ, ਲਾਈਕ ਜ਼ਰੂਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ, ਬੈਲ ਆਈਕਨ ਨੂੰ ਦੱਬ ਲਿਆ ਕਰੋ, ਤਾਂ ਕਿ ਵੀਡੀਓ ਆਉਣ ਸਾਰ ਤੁਹਾਨੂੰ ਪਤਾ ਲੱਗ ਸਕੇ ਕਿ ਵੀਡੀਓ ਹੈ ਜੋ ਆਪਣੀ ਅਪਲੋਡ ਹੋ ਚੁੱਕੀ ਹੈ। ਬਾਕੀ ਤੁਸੀਂ ਦੇਖ ਸਕਦੇ ਹੋ ਜੀ ਪੰਜਵਾਂ ਲੜ ਲਾਉਣ ਤੋਂ ਬਾਅਦ, ਛੇਵਾਂ ਲੜ ਲਾਉਣ ਤੋਂ ਬਾਅਦ ਆਪਾਂ ਨੇ ਉੱਪਰ ਪੱਗ ਪਿੰਨ ਲਾ ਲੈਣਾ, ਤਾਂ ਕਿ ਉੱਪਰਲਾ ਜੋ ਆਪਾਂ ਕਲਗੀ ਵਾਲਾ ਲੜਾ ਉਹ ਲਾਉਣ ਤੋਂ ਬਾਅਦ ਆਪਣਾ ਕੋਈ ਵੀ ਪੇਜ ਨੀਚੇ ਨਾ ਦਿਖਾਈ ਦੇਵੇ, ਥੱਲੇ ਨੂੰ ਬਾਹਰ ਨੂੰ ਨਾ ਆਵੇ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚੋਂ। ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਨੇ ਜੋ ਲੜ ਹੈ ਸਾਰੇ 3D ਹੈ ਜੋ ਕਰ ਦੇਣੇ ਆ। 3D ਕਰਨ ਤੋਂ ਪਹਿਲਾਂ ਲੜ ਜੋ 3D ਕਰਨਾ ਆਪਾਂ ਨੇ ਉੱਪਰਲਾ ਲੜ 3D ਕਰਨ ਤੋਂ ਬਾਅਦ ਆਪਾਂ ਨੇ ਥੱਲੋਂ ਹੈ ਜੋ ਦੂਸਰੇ ਲੜ ਤੋਂ ਹੈ ਜੋ 3D ਕਰਨ ਲੱਗਣਾ ਜੀ। ਇਹ ਵੀਡੀਓ ਹੁਣ ਆਪਣੇ ਸਲੋ ਮੋਸ਼ਨ 'ਚ ਨਹੀਂ ਹੈਗੀ, ਵੀਡੀਓ ਪਹਿਲਾਂ ਤੁਹਾਨੂੰ ਤੇਜ਼ ਦਿਖਾਈ ਜਾਊਗੀ ਜੀ, ਕਿਉਂਕਿ ਇਹਦੇ ਵਿੱਚ ਆਪਾਂ 3D ਆਪਾਂ ਨੂੰ ਸਾਰਿਆਂ ਨੂੰ ਪਿੰਚ ਕਰਨੇ ਆਉਂਦੇ ਹੁੰਦੇ ਹਨ। ਇਸ ਤਰ੍ਹਾਂ ਇਹ ਵੀਡੀਓ ਹੈ ਜੋ ਥੋੜ੍ਹੀ ਥੋੜ੍ਹੀ ਤੇਜ਼ ਕੀਤੀ ਗਈ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਆਪਾਂ ਨੇ ਬਾਜ ਆ ਉਹ ਬਾਹਰ ਨੂੰ ਕਰਕੇ ਮਾਰਨਾ ਜੀ। ਜੋ ਆਪਣਾ ਪਿੰਚ ਕਰਨ ਦਾ ਤਰੀਕਾ ਉਹ ਬਹੁਤ ਹੀ ਸਿੰਪਲ ਹੈ। ਪਿੰਚ ਕੀ ਆਪਾਂ ਦੂਸਰੀਆਂ ਦਸਤਾਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ 3D ਆ ਜੋ ਆਪਾਂ ਇਸੇ ਤਰੀਕੇ ਦੇ ਨਾਲ ਹੀ ਕਰਦੇ ਹਾਂ। 3D ਕਰਨ ਦਾ ਤਰੀਕਾ ਜੋ ਇਹੀ ਹੈ ਜੀ, ਪੇਚਾਂ ਨੂੰ ਆਪਾਂ ਨੇ ਥੱਲੇ ਥੱਲੇ ਵੱਲ ਨੂੰ ਖਿੱਚ ਕੇ ਜੋ ਪੋਲੇ ਪੋਲੇ ਹੱਥ ਨਾਲ ਜੋ ਆਪਾਂ ਇਹ 3D ਆ ਜੋ ਪੇਚ ਕਰਨੇ ਆ। ਬਾਕੀ ਜੋ ਸਪਰੇਅ ਪ੍ਰੈਸ਼ਰ ਹੁੰਦਾ ਹੈ ਉਹ ਆਪਾਂ ਦਸਤਾਰ 'ਤੇ ਪਹਿਲਾਂ ਪੇਚ 3D ਕਰਨ ਤੋਂ ਪਹਿਲਾਂ ਛਿੜਕ ਕੇ 3D ਫਿਰ ਵੀ ਕਰ ਸਕਦੇ ਹਾਂ। ਇਸ ਦੇ ਨਾਲ ਆਪਣੇ ਪੇਚ ਨੇ ਉਹ ਆਸਾਨੀ ਦੇ ਨਾਲ 3D ਹੋ ਜਾਂਦੇ ਆ, ਕਿਉਂਕਿ ਪਾਣੀ ਆ ਜੋ ਲੱਗ ਜਾਂਦਾ, ਜਾਂ ਤੁਸੀਂ ਹੱਥਾਂ 'ਤੇ ਪਾਣੀ ਲਾ ਕੇ ਵੀ 3D ਪੇਚ ਆ ਜੋ ਕਰ ਸਕਦੇ ਹੋ। ਬਾਜ ਤੁਸੀਂ ਨਾਲ ਦੀ ਨਾਲ 3D ਕਰਨ ਤੋਂ ਬਾਅਦ ਥੋੜ੍ਹਾ ਥੋੜ੍ਹਾ ਬਾਜ ਆ ਜੋ ਫਿਰ ਸਕਦੇ ਹੋ, ਇਹਦੇ ਨਾਲ ਸਫਾਈ ਆ ਜੋ ਦਸਤਾਰ ਦੇ ਪੇਚਾਂ ਦੀ ਉਹ ਬਹੁਤ ਹੀ ਵਧੀਆ ਆ ਜਾਂਦੀ ਹੈ। ਜਿੱਥੋਂ ਕਿ ਪੇਚ ਉੱਪਰ ਵੱਲ ਨੂੰ ਚਲਾ ਜਾਂਦਾ ਜਾਂ ਚੁੰਝ ਵਿੱਚ ਪੈ ਜਾਂਦਾ, ਤਾਂ ਉੱਥੋਂ ਆਪਾਂ ਬਾਜ ਆ ਪੇਚ ਆ ਜੋ ਕੱਢ ਸਕਦੇ ਹਾਂ। ਹੌਲੀ ਹੌਲੀ ਪੇਚ ਆ ਜੋ ਕੱਢਣਾ ਆਪਾਂ ਨੇ। ਦਸਤਾਰ ਸਜਾਉਣ ਵੇਲੇ ਕੋਈ ਵੀ ਕਾਹਲੀ ਨਹੀਂ ਕਰਨੀ, ਕਾਹਲੀ ਦੇ ਨਾਲ ਜੇਕਰ ਆਪਾਂ ਕਾਹਲੀ ਕਰਾਂਗੇ ਦਸਤਾਰ ਦੀ ਸਫਾਈ ਆ ਜੋ ਬਹੁਤ ਹੀ ਜ਼ਿਆਦਾ ਨਹੀਂ ਵਧੀਆ ਆਵੇਗੀ। ਆਪਾਂ ਨੇ ਹੌਲੀ ਹੌਲੀ ਇਹ ਦਸਤਾਰ ਹੈ ਜੋ ਸਜਾਉਣੀ ਹੈ ਜੀ। ਪੇਚਾਂ ਨੂੰ 3D ਕਰਨ ਤੋਂ ਬਾਅਦ ਆਪਣੇ ਲਾਸਟ ਵਾਲਾ ਜੋ ਕਲਗੀ ਵਾਲਾ ਲੜ ਹੈ
ਉਸ ਲੜ ਨੂੰ ਆਪਾਂ ਨੇ ਲਾਉਣਾ ਹੈ ਜੀ। ਇਹ ਲੜ ਲਾਉਣਾ ਹੈ ਜਦੋਂ ਆਪਾਂ ਉਦੋਂ ਕੱਪੜਾ ਜੋ ਪੂਰਾ ਖੋਲ੍ਹ ਕੇ ਉੱਪਰ ਤੋਂ ਨੀਚੇ, ਨੀਚੇ ਤੋਂ ਉੱਪਰ ਵੱਲ ਨੂੰ ਕੱਪੜੇ ਦੀ ਪੂਣੀ ਬਣਾ ਕੇ ਜੋ ਆਪਾਂ ਇਹ ਲੜ ਲਾਉਣਾ ਹੈ ਜੀ। ਤੁਸੀਂ ਦੇਖ ਸਕਦੇ ਹੋ ਇਹ ਲੜ ਆਪਾਂ ਇਸ ਤਰੀਕੇ ਦੇ ਨਾਲ ਲਾਵਾਂਗੇ। ਥੋੜ੍ਹੇ ਥੋੜ੍ਹੇ ਵੱਟ ਹੈ ਜੋ ਇਸ ਦੇ ਵਿੱਚ ਜ਼ਰੂਰ ਪਾਵਾਂਗੇ। ਵੱਟ ਪਾ ਕੇ ਆਪਾਂ ਪੂਰਾ ਇਸ ਨੂੰ ਕੱਪੜੇ ਨੂੰ ਪਹਿਲਾਂ ਖੋਲ੍ਹ ਲੈਣਾ ਉੱਪਰ ਵੱਲ ਨੂੰ, ਪਿੱਛੋਂ ਤੱਕ ਪੂਰੀ ਸਫਾਈ ਹੈ ਜੋ ਕਰ ਦੇਣੀ ਹੈ ਲੜ ਦੀ। ਇਹ ਲੜ ਹੈ ਜੋ ਆਪਾਂ ਵਿਚਾਲੇ ਦਸਤਾਰ ਦੇ ਨਹੀਂ ਲਾਵਾਂਗੇ। ਆਪਾਂ ਨੇ ਪਹਿਲਾਂ ਏ ਬਣਾ ਦੇਣੀ ਹੈ ਇਸ ਨੂੰ ਮੱਥੇ ਉੱਪਰ। ਉਸ ਤੋਂ ਬਾਅਦ ਥੋੜ੍ਹਾ ਜਿਹਾ ਹਟਾ ਕੇ ਸਾਈਡ 'ਤੇ ਪੇਚਾਂ ਵਾਲੀ ਸਾਈਡ ਨੂੰ ਇਹ ਲੜ ਹੈ ਜੋ ਆਪਾਂ ਲਾਵਾਂਗੇ ਜੀ। ਉੱਪਰੋਂ ਬਾਜ ਦੀ ਵਰਤੋਂ ਦੇ ਨਾਲ ਜੋ ਉੱਪਰੋਂ ਥੋੜ੍ਹਾ ਮੋਟਾ ਕੱਪੜਾ ਜੋ ਬਾਹਰ ਆਉਂਦਾ ਉਸ ਨੂੰ ਆਪਾਂ ਨੇ ਵਿੱਚ ਬਾਜ ਦੀ ਵਰਤੋਂ ਦੇ ਨਾਲ ਪਾ ਲੈਣਾ। ਉਸ ਤੋਂ ਬਾਅਦ ਕਲਗੀ ਵਾਲਾ ਲੜ ਹੁੰਦਾ ਜੋ ਉਸ ਨੂੰ ਪੂਰੀ ਚੰਗੀ ਤਰ੍ਹਾਂ ਆਪਾਂ ਖੋਲ੍ਹ ਕੇ ਜੋ ਇਹ ਲੜ ਹੈ ਉਹ ਲਾਉਣਾ ਹੈ ਜੀ। ਤੁਸੀਂ ਦੇਖ ਸਕਦੇ ਹੋ ਕਲਗੀ ਵਾਲਾ ਲੜ ਹੈ ਜੋ ਉਸ ਨੂੰ ਆਪਾਂ ਨੇ ਪੂਰੀ ਚੰਗੇ ਤਰੀਕੇ ਦੇ ਨਾਲ ਖੋਲ੍ਹ ਕੇ ਸਾਰਾ ਉਸਨੂੰ ਜੋ ਆਪਣੇ ਪੇਚਾਂ ਵਾਲੀ ਸਾਈਡ ਹੈ ਉੱਧਰ ਫਿੱਟ ਕਰਦੇ ਘੁੰਮਾ ਕੇ ਆਪਾਂ ਉੱਪਰ ਕਲਗੀ ਵਾਲਾ ਲੜ ਤਾਈਓਂ ਵਿੱਚ ਪਾਉਣਾ ਤਾਂ ਕਿ ਆਪਣੇ ਲਈ ਪੱਗ ਪਿੰਨ ਨਹੀਂ ਹੁੰਦੇ, ਤਾਂ ਵੀ ਉਹ ਲੜ ਜੋ ਚੰਗੇ ਤਰੀਕੇ ਦੇ ਨਾਲ ਖੜ ਸਕੇ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੋ ਤਿੰਨ ਪੱਗ ਆਪਾਂ ਨੇ ਲਾ ਪੱਗ ਪਿੰਨ ਹੈ ਜੋ ਆਪਾਂ ਨੇ ਲਾ ਦੇਣੇ। ਉਸ ਤੋਂ ਬਾਅਦ ਦਸਤਾਰ ਆਪਾਂ ਸੈਂਟਰ ਦੇ ਵਿੱਚ ਕਰ ਦੇਣੀ ਹੈ। ਪਿੱਛੋਂ ਦਸਤਾਰ ਦੀ ਜੋ ਪੇਚਾਂ ਦੀ ਸਫਾਈ ਹੈ ਉਹ ਆਪਾਂ ਦੂਸਰਾ ਸ਼ੀਸ਼ਾ ਜਾਂ ਹੋਰ ਸ਼ੀਸ਼ਾ ਲੈ ਕੇ ਕੋਈ ਪੱਗ ਦੀ ਸਫਾਈ ਹੈ ਪੇਚਾਂ ਦੀ ਉਹ ਕਰਨੀ ਹੈ। ਪੱਗ ਦੀ ਸਫਾਈ ਕਰਨ ਦਾ ਤਰੀਕਾ ਜੋ ਅੱਗੇ ਪੱਗ ਆਪਾਂ ਨੇ ਸ਼ੀਸ਼ਾ ਜੋ ਇਸ ਤਰੀਕੇ ਦਾ ਜਿਸ ਤਰੀਕੇ ਦੇ ਨਾਲ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਜਿਹੜੀ ਥਾਂ 'ਤੇ ਵੀਡੀਓ ਬਣਦੀ ਹੈ ਇਸ ਤਰ੍ਹਾਂ ਇਸ ਥਾਂ ਉੱਪਰ ਹੈ ਜੋ ਆਪਣਾ ਸ਼ੀਸ਼ਾ ਹੋਵੇਗਾ। ਇਹ ਜੋ ਦਸਤਾਰ ਬੰਨ੍ਹੀ ਗਈ ਹੈ ਇਹ ਸਾਰੀ ਮੋਬਾਇਲ ਦੇ ਵਿੱਚ ਬੰਨ੍ਹੀ ਗਈ ਹੈ, ਸ਼ੀਸ਼ੇ ਦੀ ਵਰਤੋਂ ਨਹੀਂ ਕੀਤੀ ਗਈ। ਸ਼ੀਸ਼ਾ ਜੋ ਪਿੱਛੋਂ ਸਿਰਫ ਪਿੱਛੋਂ ਦਸਤਾਰ ਦੇਖਣ ਲਈ ਜੋ ਸ਼ੀਸ਼ੇ ਦੀ ਵਰਤੋਂ ਹੈ ਜੋ ਕੀਤੀ ਗਈ ਹੈ, ਨਹੀਂ ਇਹ ਦਸਤਾਰ ਹੈ ਸਾਰੀ ਇਹ ਮੋਬਾਇਲ ਦੇ ਕੈਮਰੇ ਵਿੱਚ ਦੇਖ ਕੇ ਜੋ ਬੰਨ੍ਹੀ ਗਈ ਹੈ ਜੀ। ਬਾਕੀ ਤੁਸੀਂ ਦੇਖ ਸਕਦੇ ਹੋ ਜੇਕਰ ਇਹ ਸ਼ੀਸ਼ੇ ਵਿੱਚ ਦਸਤਾਰ ਬੰਨ੍ਹੀ ਜਾਂਦੀ ਤਾਂ ਹੋਰ ਵੀ ਸ਼ਾਇਦ ਸਫਾਈ ਆ ਸਕਦੀ ਸੀ। ਇਸ ਤਰ੍ਹਾਂ ਆਪਾਂ ਨੇ ਬਾਜ ਦੀ ਸਹਾਇਤਾ ਦੇ ਨਾਲ ਪਿੱਛੋਂ ਹੈ ਜੋ ਪੇਚ ਹੈ ਜੋ ਸਾਰੇ ਇੱਕ ਪਿੱਛੋਂ ਲੁੱਪੀ ਵਾਲੀ ਸਾਈਡ ਹੈ ਜੋ ਉਹ ਇੱਕ ਬਰਾਬਰ ਹੈ ਜੋ ਕਰ ਦੇਣੇ ਹਨ ਪੂਰੀ ਚੰਗੇ ਤਰੀਕੇ ਨਾਲ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਆਪਾਂ ਜੋ ਲੜ ਆਪਾਂ ਨੇ ਖੱਬੇ ਪਾਸੇ ਲਾਏ ਸੱਜੇ ਪਾਸੇ ਲਾਏ ਹੁੰਦੇ ਹਨ ਉਹ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਬਾਜ ਦੀ ਵਰਤੋਂ ਨਾਲ ਥੋੜ੍ਹੇ ਥੋੜ੍ਹੇ ਉਹਨਾਂ ਦੀ ਵੀ ਸਫਾਈ ਹੈ ਜੋ ਕਰ ਦੇਣੀ ਹੈ। ਸਫਾਈ ਕਰਨ ਤੋਂ ਬਾਅਦ ਉੱਪਰ ਇੱਕ ਵਾਰੀ ਉਂਗਲ ਦੇ ਅੰਗੂਠੇ ਦੀ ਮਾਰ ਦੇਣੇ ਆ ਪਿੰਚ, ਉਹ ਵੀ ਆਪਾਂ ਪੇਚ ਕਰ ਦੇਣੇ ਆ 3D ਸ਼ੇਪ ਦੇ ਵਿੱਚ ਥੋੜ੍ਹੇ ਥੋੜ੍ਹੇ ਕਰਦੇ। ਇੱਥੇ ਜੋ ਬਲ ਪੈ ਗਿਆ ਇਹ ਦਸਤਾਰ ਹੈ ਜੋ ਇੱਕ ਵਾਰ ਮੈਂ ਪਹਿਲਾਂ ਬੰਨ੍ਹੀ ਸੀ, ਉਸ ਤੋਂ ਬਾਅਦ ਇਹ ਦਸਤਾਰ ਹੈ ਜੋ ਉਹ ਬੰਨ੍ਹੀ ਹੈ ਜੀ। ਪਹਿਲਾਂ ਇਹ ਦਸਤਾਰ ਹੋਰ ਸ਼ੇਪ 'ਚ ਬੰਨ੍ਹੀ ਸੀ ਤਾਂ ਕਿ ਇਹ ਮੈਂ ਕਿਤੇ ਗਿਆ ਸੀ ਅਤੇ ਇਹ ਦਸਤਾਰ ਦੇ ਵਿੱਚ ਤਾਹੀਓਂ ਥੋੜ੍ਹੇ ਥੋੜ੍ਹੇ ਵੱਟ ਹੈ ਜੋ ਪੈ ਰਹੇ ਨੇ, ਜੋ ਸਫਾਈ ਹੈ ਉਹ ਥੋੜ੍ਹੀ ਜ਼ਿਆਦਾ ਵਧੀਆ ਨਹੀਂ ਆਈ। ਫਿਰ ਵੀ ਦਸਤਾਰ ਬੰਨ੍ਹਣ ਦੀ ਕੋਸ਼ਿਸ਼ ਹੈ ਜੋ ਕੀਤੀ ਗਈ ਹੈ। ਸਿਰ ਢਕਣਾ ਜਦੋਂ ਆਪਾਂ ਨੇ ਉਦੋਂ ਜੋ ਪਹਿਲਾਂ ਲੜ ਲਾਇਆ ਆਪਾਂ ਉਸਨੂੰ ਖਿੱਚ ਕੇ ਉੱਪਰ ਵੱਲ ਨੂੰ ਜੋ ਸਾਰੇ ਸਿਰ ਉੱਪਰ ਕੱਪੜਾ ਜੋ ਖੋਲ੍ਹ ਕੇ ਵਿਛਾ ਦੇਣਾ, ਕੱਪੜਾ ਇਸ ਤਰੀਕੇ ਦੇ ਨਾਲ ਵਿਛਾ ਦੇਣਾ ਅਤੇ ਕੱਪੜਾ ਜੋ ਆਪਾਂ ਨੇ ਸਾਈਡਾਂ 'ਤੇ ਦਸਤਾਰ ਦੀਆਂ ਸਾਈਡਾਂ 'ਤੇ ਜੋ ਫਿੱਟ ਕਰ ਦੇਣਾ ਜੀ। ਕੱਪੜੇ ਸੈੱਟ ਕਰਨ ਵੇਲੇ ਤੁਸੀਂ ਬਾਜ ਦੀ ਵਰਤੋਂ ਵੀ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਆਪਾਂ ਨੇ ਜੋ ਪਿੱਛੇ ਆਪਣਾ ਲੜ ਹੁੰਦਾ ਜਿਹੜਾ ਆਪਾਂ ਮੂੰਹ ਵਿੱਚ ਫੜਿਆ ਉਸਨੂੰ ਪਿੱਛੇ ਵੱਲ ਨੂੰ ਖਿੱਚ ਕੇ ਜੋ ਆਪਾਂ ਨੇ ਪੂਰੀ ਚੰਗੇ ਤਰੀਕੇ ਦੇ ਨਾਲ ਉੱਪਰੋਂ ਸਿਰ ਹੈ ਜੋ ਕਵਰ ਕਰ ਦੇਣਾ ਜੀ। ਤੁਸੀਂ ਦੇਖ ਸਕਦੇ ਹੋ ਜਿੱਥੇ ਸਿਰ ਦੇ ਉੱਪਰ ਬਲ ਪੈਂਦਾ ਤਾਂ ਉੱਥੋਂ ਆਪਾਂ ਬਾਜ ਦੀ ਵਰਤੋਂ ਨਾਲ ਸੈੱਟ ਹੈ ਜੋ ਬਾਜ ਨੂੰ ਕਰ ਦੇਣਾ ਪੇਚਾਂ ਨੂੰ ਬਲ ਨੂੰ। ਬਾਕੀ ਉੱਪਰੋਂ ਕਈ ਵਾਰ ਜਦੋਂ ਆਪਾਂ ਪਿੱਛੋਂ ਜ਼ਿਆਦਾ ਖਿੱਚਦੇ ਹਾਂ ਤਾਂ ਅੱਗੋਂ ਆਪਣੇ ਜੋ ਜਿੱਥੇ ਆਪਣੀ ਕਲਗੀ ਵਾਲਾ ਲੜ ਦਾ ਕੱਪੜਾ ਜੋ ਵਿੱਚ ਪਾਉਣਾ ਉੱਥੋਂ ਕਈ ਵਾਰ ਲੜ ਕੱਪੜਾ ਜੋ ਪਿੱਛੇ ਵੱਲ ਨੂੰ ਆ ਜਾਂਦਾ ਤਾਂ ਆਪਾਂ ਨੇ ਦੂਰੀ ਵਾਰ ਕੱਪੜੇ ਨੂੰ ਖਿੱਚ ਕੇ ਫਿਰ ਵਿੱਚ ਪਾ ਦੇਣਾ। ਤੁਸੀਂ ਦੇਖ ਸਕਦੇ ਹੋ ਉੱਪਰ ਜੋ ਕੱਪੜਾ ਦਿਖਣ ਲੱਗ ਰਿਹਾ ਉਸਨੂੰ ਆਪਾਂ ਨੇ ਅੱਗੇ ਵੱਲ ਨੂੰ ਖਿੱਚ ਕੇ ਫਿਰ ਜੋ ਕੱਪੜਾ ਵਿੱਚ ਪਾ ਦੇਣਾ ਜੀ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦਸਤਾਰ ਦਾ ਬੈਕ ਸਾਈਡ ਵੀ ਪੂਰੀ ਅੱਛੇ ਤਰੀਕੇ ਦੇ ਨਾਲ ਵਧੀਆ ਸ਼ੇਪ ਦੇ ਵਿੱਚ ਹੈ। ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਸ ਤਰੀਕੇ ਨਾਲ 3D ਪੇਚ ਥੋੜ੍ਹੇ ਥੋੜ੍ਹੇ ਕਰ ਦੇਣੇ। ਉਸ ਤੋਂ ਬਾਅਦ ਜੋ ਲੁੱਪੀ ਵਾਲਾ ਲੜ ਹੈ ਉਹ ਲਾਵਾਂਗੇ ਜੀ। ਲੁੱਪੀ ਵਾਲਾ ਲੜ ਲਾਉਣ ਦਾ ਆਪਣਾ ਤਰੀਕਾ ਜੋ ਉਸੇ ਤਰੀਕੇ ਦੇ ਨਾਲ ਹੀ ਹੈ। ਪਹਿਲਾਂ ਆਪਣੇ ਕੱਪੜੇ ਨੂੰ ਪੂਰੇ ਚੰਗੇ ਤਰੀਕੇ ਨਾਲ ਖਿੱਚ ਲੈਣਾ, ਉਸ ਤੋਂ ਬਾਅਦ ਥੋੜ੍ਹਾ ਜਿਹਾ ਕੱਪੜਾ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇੱਧਰਲੀ ਸਾਈਡ ਵਿੱਚ ਪਾਉਣਾ, ਉਸ ਤੋਂ ਬਾਅਦ ਥੋੜ੍ਹਾ ਜਿਹਾ ਕੱਪੜਾ ਇੱਧਰ ਨੂੰ, ਇਹਦੀ ਵੀ ਆਪਾਂ ਨੇ ਪੂਣੀ ਹੈ ਜੋ ਉਸੇ ਤਰੀਕੇ ਦੇ ਨਾਲ ਹੀ ਕਰ ਲੈਣੀ ਹੈ। ਉਸ ਤੋਂ ਬਾਅਦ ਜੋ ਇੱਧਰੋਂ ਆਪਾਂ ਨੇ ਕਲਗੀ ਵਾਲਾ ਲੜ ਲੈ ਕੇ ਆਏ ਹਾਂ ਪਹਿਲਾਂ ਉਹ ਲੜ ਆਪਾਂ ਨੇ ਜੋ ਦੱਬ ਕੇ ਉਸ ਤੋਂ ਬਾਅਦ ਕਲਗੀ ਵਾਲਾ ਲੜ ਹੈ ਜੋ ਆਪਾਂ ਲਾਵਾਂਗੇ ਜੀ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਥੱਲੋਂ ਕਲਗੀ ਵਾਲਾ ਲੜ ਹੈ ਜੋ ਉਹ ਵੀ ਪੂਰੀ ਸਫਾਈ ਦੇ ਨਾਲ ਉੱਥੋਂ ਜੋ ਡਾਇਰੈਕਸ਼ਨ ਹੈ ਜੀ ਉਹਦੀ ਵਧੀਆ ਆ ਰਹੀ ਹੈ। ਉਸ ਤੋਂ ਬਾਅਦ ਦੂਸਰੀ ਸਾਈਡ ਤੋਂ ਵੀ ਆਪਾਂ ਨੇ ਇਸੇ ਤਰੀਕੇ ਨਾਲ ਹੀ ਲੜ ਹੈ ਜੋ ਲਾਉਣਾ। ਉਮੀਦ ਹੈ ਵੀਰੇ ਤੁਹਾਨੂੰ ਸਾਰੀ ਵੀਡੀਓ ਵਧੀਆ ਲੱਗੀ ਹੋਣੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਦੱਸ ਦਿਓ ਕਿੱਦਾਂ ਲੱਗੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਸ਼ੇਅਰ ਵੀਡੀਓ ਨੂੰ ਜ਼ਰੂਰ ਕਰ ਦਿਓ ਤਾਂ ਕਿ ਆਪਣੇ ਦੂਸਰੇ ਵੀਰ ਵੀ ਵੀਡੀਓ ਹੈ ਦੇਖ ਕੇ ਜੋ ਦਸਤਾਰ ਸਜਾਉਣੀ ਸਿੱਖ ਸਕਣ। ਇਸ ਚੈਨਲ 'ਤੇ ਹੋਰ ਵੀ ਕਈ ਦਸਤਾਰਾਂ ਦੇ ਰਿਲੇਟਡ ਵੀਡੀਓ ਨੇ ਜੋ ਅਪਲੋਡ ਨੇ, ਤੁਸੀਂ ਜਾ ਕੇ ਚੈਨਲ ਦੇ ਵਿੱਚ ਵੀਡੀਓ ਹੈ ਜੋ ਦੇਖ ਸਕਦੇ ਹੋ।
ਮਿਲਦੇ ਹਾਂ ਤੁਹਾਨੂੰ ਜਲਦੀ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।